ਅਵਾਜੀ ਕੌਮ ਟੀਵੀ ਦੇ ਕਈ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ ਦੇ ਇੱਕ ਨਜ਼ਰ ਮਾਰਦੇ ਹਾਂ। ਮੌਜੂਦਾ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਹੀ ਕੌਮਾਂਤਰੀ ਪੱਧਰ ਤੇ ਲਗਾਤਾਰ ਬਦਲ ਰਹੀ ਜਲਵਾਯੂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕੌਮਾਂਤਰੀ ਜਲਵਾਯੂ ਚਰਚਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਫਿਲਹਾਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਆਪਣੀ ਪਹਿਲੀ ਕੌਮਾਂਤਰੀ ਜਲਵਾਯੂ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਕੌਮਾਂਤਰੀ ਜਲਵਾਯੂ ਚਰਚਾ ਪ੍ਰੋਗਰਾਮ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 40 ਕੌਮਾਂਤਰੀ ਲੀਡਰਾਂ ਨੂੰ ਸੱਦਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਾਈਡਨ ਪ੍ਰਸ਼ਾਸਨ ਨੇ ਪਹਿਲੀ ਕੌਮਾਂਤਰੀ ਜਲਵਾਯੂ ਚਰਚਾ ਲਈ ਰੂਸੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਬੁਲਾਇਆ ਹੈ। ਪ੍ਰੋਗਰਾਮ ਦਾ ਆਯੋਜਨ 22 ਤੇ 23 ਅਪ੍ਰੈਲ ਨੂੰ ਕੀਤਾ ਜਾਵੇਗਾ। ਪੱਛਮੀ ਬੰਗਾਲ ਤੇ ਅਸਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਾਂ ਪੈ ਗਈਆਂ ਨੇ। ਇਸ ਗੇੜ ਵਿੱਚ ਕਈ ਪ੍ਰਮੁੱਖ ਅਹੁਦੇਦਾਰਾਂ ਦੀ ਕਿਸਮਤ ਦਾਅ ਤੇ ਲੱਗੀ ਹੋਈ ਹੈ। ਦੋਵਾਂ ਸੂਬਿਆਂ ਦੇ ਵਿੱਚ ਪਹਿਲੇ ਗੇੜ ਵਿੱਚ ਰਜਿਸਟਰ ਵੋਟਾਂ ਦੀ ਸੰਖਿਆ 1.54 ਕਰੋੜ ਸੀ। ਪੱਛਮੀ ਬੰਗਾਲ ਦੇ ਵਿੱਚ ਪਹਿਲੇ ਗੇੜ ਵਿੱਚ 30 ਵਿਧਾਨ ਸਭਾ ਸੀਟਾਂ ਦੀ ਚੋਣ ਲੜੀ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੀਟਾਂ ਤੇ ਇੱਕ ਸਮੇਂ ਨਕਸਲ ਪ੍ਰਭਾਵਿਤ ਰਹੇ ਜੰਗਲ ਮਹਿਲ ਇਲਾਕੇ ਦੇ ਵਿੱਚ ਆਉਂਦੀਆਂ ਨੇ। ਅਜਿਹੇ ਵਿੱਚ ਸਾਦੀਆਂ ਨਜ਼ਰਾਂ ਇਸ ਖੇਤਰ ਵਿੱਚ ਹੋਣ ਵਾਲੇ ਮਤਦਾਨ ਤੇ ਟਿਕੀਆਂ ਹੋਈਆਂ ਸੀ। ਪਹਿਲੇ ਗੇੜ ਵਿੱਚ ਦੋਵਾਂ ਸੂਬਿਆਂ ਦੀਆਂ 77 ਵਿਧਾਨ ਸਭਾ ਸੀਟਾਂ ਦੀ ਵੋਟਿੰਗ ਹੋਈ। ਬੀਜੇਪੀ ਜੰਗਲ ਮਹਿਲ ਖੇਤਰ ਤੋਂ ਚੰਗੀ ਉਮੀਦ ਲਗਾਈ ਬੈਠਾ ਹੈ। ਸਾਲ 2019 ਵਿੱਚ ਹੋਈਆਂ ਆਮ ਚੋਣਾਂ ਦੇ ਵਿੱਚ ਇਸ ਖੇਤਰ ਦੀਆਂ ਜ਼ਿਆਦਾਤਰ ਸੀਟਾਂ ਤੇ ਬੀਜੇਪੀ ਨੂੰ ਜਿੱਤ ਹਾਸਲ ਹੋਈ ਸੀ। ਗਲਵਾਨ ਘਾਟੀ ਵਿੱਚ ਮਿਸਾਲੀ ਬਹਾਦਰੀ ਦਿਖਾਉਣ ਵਾਲੇ ਪੰਜਾਬ ਦੇ 5 ਸ਼ਹੀਦਾਂ ਦੇ ਸਤਿਕਾਰ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਹੀਦਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 25-25 ਲੱਖ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਾਬਕਾ ਸੈਨਿਕਾਂ ਦੇ ਲਈ ਵੱਖ ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਿੰਡਾਂ ਦਾ ਵਿਕਾਸ ਕੀਤਾ ਜਾਵੇ। ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਟਿਕੜੀ ਸਰਹੱਦ ਦੀ ਤਰਜ਼ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਕੋਲ YPS ਚੌਂਕ ਵਿਖੇ ਵੀ ਪੱਕੇ ਡੇਰੇ ਲਗਾ ਲਏ ਗਏ ਨੇ। ਕਿਸਾਨ ਬੀਤੀ ਰਾਤ ਤੋਂ ਇੱਥੇ ਡਟੇ ਹੋਏ ਨੇ ਅਤੇ ਉਹਨਾਂ ਨੇ ਅਣਮਿੱਥੇ ਸਮੇਂ ਦੇ ਲਈ ਧਰਨੇ ਦਾ ਐਲਾਨ ਕੀਤਾ ਸੀ। ਕਿਸਾਨਾਂ ਨੇ ਪਹਿਲਾਂ ਭਾਰਤ ਬੰਦ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕੀਤਾ, ਉਸ ਤੋਂ ਬਾਅਦ ਇੱਥੇ ਪੱਕੇ ਬਾਥਰੂਮ ਬਣਾ ਲਏ ਅਤੇ ਲੰਗਰ ਦਾ ਵੀ ਪ੍ਰਬੰਧ ਕਰ ਲਿਆ। ਹਾਲਾਂਕਿ ਪ੍ਰਸ਼ਾਸਨ ਦੀ ਰਾਤ ਨੂੰ ਕੋਸ਼ਿਸ਼ ਰਹੀ ਕਿ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਜਾਵੇ, ਪਰ ਕਿਸਾਨ ਨਹੀਂ ਮੰਨੇ। ਇੱਥੇ ਕਿਸਾਨ ਆਗੂ ਜਗਜੀਤ ਸਿੰਘ ਲੋਲੀ ਮੋਗਾ, ਸੁਖਦੇਵ ਸਿੰਘ ਢਿੱਲੋਂ, ਰਮਨਦੀਪ ਸਿੰਘ, ਜਸਵਿੰਦਰ ਸਿੰਘ ਖਜਾਨਚੀ, ਹਰਮਨਪ੍ਰੀਤ ਸਿੰਘ ਡਿੱਕੀ, ਜੱਜੀ ਬੇਗਮਜੀਤ ਸਿੰਘ, ਜਗਜੀਤ ਸਿੰਘ ਗਲੌਲੀ, ਜਗਜੀਤ ਸਿੰਘ ਜਲੰਧਰਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਹਨਾਂ ਦੀ ਜਾਇਜ਼ ਮੰਗਾਂ ਬਾਰੇ ਵੀ ਪ੍ਰਸ਼ਾਸਨ ਵੱਲੋਂ ਕੋਈ ਸਕਾਰਾਤਮਕ ਰਵੱਈਆ ਨਹੀਂ ਅਪਣਾਇਆ ਜਾ ਰਿਹਾ, ਜਿਸ ਕਾਰਨ ਉਹਨਾਂ ਨੂੰ ਇਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ। ਹੁਣ ਆਪਣੀਆਂ ਮੰਗਾਂ ਮਨਵਾ ਕੇ ਹੀ ਉੱਥੋਂ ਜਾਣਗੇ। ਦੱਸਣਯੋਗ ਹੈ ਕਿ ਪਹਿਲਾਂ ਬੁੱਧਵਾਰ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਦੇ ਪਸੈਣਾ ਦੇ ਕੋਲ ਪਟਿਆਲਾ ਹਾਈਵੇ ਚੌਂਕ ਜਾਮ ਕਰ ਦਿੱਤਾ ਸੀ। ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਕੈਪਟਨ ਸਰਕਾਰ ਜਲਦ ਹੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਵੀਰਵਾਰ ਨੂੰ ਜਦੋਂ ਕਿਸਾਨ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਨੇ ਨਾਰਾਜ਼ਗੀ ਦਿਖਾਈ ਅਤੇ ਨਿਊ ਮੋਤੀ ਮਹਿਲ ਦੇ ਵੱਲ ਕੂਚ ਕਰ ਦਿੱਤਾ। ਇੱਥੇ ਪੁਲਿਸ ਨੇ ਉਹਨਾਂ ਨੂੰ YPS ਚੌਂਕ ਵਿਖੇ ਰੋਕ ਦਿੱਤਾ। ਕਿਸਾਨਾਂ ਨੇ ਵੀਰਵਾਰ ਦੀ ਰਾਤ ਤੋਂ ਉੱਥੇ ਹੀ ਡੇਰੇ ਲਗਾ ਲਏ ਅਤੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ। ਦੇਸ਼ ਦੀ ਮੋਦੀ ਸਰਕਾਰ ਦੇ 3 ਕਾਲੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਕਾਰਨ ਵਿੱਚ ਦਿਨੀ ਪੰਜਾਬ ਮੁਕੰਮਲ ਤੌਰ ਤੇ ਬੰਦ ਦੇਖਣ ਨੂੰ ਮਿਲਿਆ। ਲੋਕਾਂ ਨੇ ਖੁਦ ਆਪਣੇ ਕਾਰੋਬਾਰ ਬੰਦ ਰੱਖੇ ਤੇ ਕਿਸਾਨਾਂ ਦੇ ਨਾਲ ਹਮਦਰਦੀ ਜ਼ਾਹਰ ਕੀਤੀ। ਇਹ ਮੁਕੰਮਲ ਬੰਦ ਪੰਜਾਬ ਦੇ ਭਵਿੱਖ ਦੇ ਵੱਲ ਵੱਡਾ ਇਸ਼ਾਰਾ ਕਰ ਗਿਆ ਹੈ, ਕਿਉਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਘਿਰੇ ਹੋਏ ਨੇ। ਜਦੋਂ ਕਿ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ, ਅੱਜ ਕੱਲ੍ਹ ਮਹਾਂਪੰਚਾਇਤਾਂ ਕਰਕੇ ਵੱਡਾ ਇਕੱਠ ਕਰਕੇ ਜੋ ਆਪਣੀ ਤਾਕਤ ਦੇ ਲੋਕਾਂ ਦੇ ਉਹਨਾਂ ਦੇ ਪਕੜ ਦਰਸ਼ਨ ਦੀਦਾਰ ਕਰਵਾ ਰਹੇ ਨੇ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ 3 ਕਾਲੇ ਕਾਨੂੰਨ ਜੇਕਰ ਰੱਦ ਨਾ ਕੀਤੇ ਗਏ ਤਾਂ ਅੱਗੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਸਿਆਸੀ ਪਾਰਟੀ ਨੂੰ ਹੋਂਦ ਵਿੱਚ ਲਿਆ ਕੇ ਨਵੀਂ ਲਹਿਰ ਨੂੰ ਜਨਮ ਦੇ ਸਕਦੇ ਨੇ। ਬਾਕੀ ਅੱਜ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਤੀ ਹਮਦਰਦੀ ਦਿਖਾਉਣ ਦੀ ਇੱਕ ਵੱਡਾ ਸੰਕੇਤ ਮਿਲਿਆ ਹੈ। ਇਹ ਬੰਦ ਕਾਂਗਰਸ ਅਕਾਲੀ ਜਾਂ ਆਪ ਦੇ ਕਹਿਣ ਤੇ ਨਹੀਂ ਹੋਇਆ, ਸਗੋਂ ਕਿਸਾਨਾਂ ਦੇ ਕਹਿਣ ਤੇ ਹੋਇਆ। ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਵਿੱਚ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਨੇ। ਮੋਦੀ ਬੰਗਲਾਦੇਸ਼ ਦੇ 50ਵੇਂ ਸੁਤੰਤਰਤਾ ਦਿਵਸ ਤੇ ਆਯੋਜਿਤ ਜਸ਼ਨ ਦੇ ਮੌਕੇ ਤੇ ਇੱਥੇ ਆਏ ਹੋਏ ਨੇ। ਚਾਟਾਗੋ ਜ਼ਿਲ੍ਹੇ ਦੇ ਵਿੱਚ ਇੱਕ ਮਸ਼ਹੂਰ ਮਦਰਸੇ ਦੇ ਵਿਦਿਆਰਥੀ ਅਤੇ ਇਸਲਾਮੀ ਸਮੂਹ ਦੇ ਮੈਂਬਰਾਂ ਦੀ ਪੁਲਿਸ ਦੇ ਨਾਲ ਝੜਪ ਤੋਂ ਬਾਅਦ ਇਹਨਾਂ ਲੋਕਾਂ ਦੀ ਮੌਤ ਹੋਈ ਹੈ। ਚਾਟਾਗੋ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਪੁਲਿਸ ਅਧਿਕਾਰੀ ਅਲਾਉਦੀਨ ਤਾਲੁਕਦਾਰ ਨੇ ਦੱਸਿਆ ਕਿ 5 ਲੋਕਾਂ ਨੂੰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਵਿੱਚੋਂ
चार की मौत हो गई। स्थानक मीडिया में आई खबर के मुताबिक इस्लामी सुहूम हिफाजत इस्लाम के मैंबर ने चाटागांव के हाथाजारी इलाके पुलिस थाने के समेत सरकारी भवनों से हमला किया, जिस तुं बाद पुलिस को जवाबी कार्रवाई करनी पड़ी। अधिकारियों के चश्मदीद गवाह ने दसा है कि ढाका की मुख्य मस्जिद के नेड़े प्रदर्शनकारियों ने समूह दरमियान झड़प हो गई और पुलिस ने हंजू गैस के गोले और रबड़ दी गोलियों के नाल भीड़ को भजाया। प्रदर्शनकारियों ने ब्राह्मण बलिया जिले के रेलवे स्टेशन के कार्यकाला में भी अग लगा दी, जिसके चलद ट्रेनों की आवाजाई में भी रुकावट हुई है। ਆਸਟ੍ਰੇਲੀਆ ਵਿਕਟੋਰੀਆ ਆਪਣੇ ਹੋਟਲ ਕੁਆਰੰਟੀਨ ਪ੍ਰੋਗਰਾਮ ਨੂੰ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਉੱਥੇ 8 ਅਪ੍ਰੈਲ ਤੋਂ ਸੂਬੇ ਦੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਰਿਟਰਨ ਸ਼ੁਰੂ ਦੇ ਵਿੱਚ ਹਫ਼ਤੇ 800 ਯਾਤਰੀਆਂ ਨੂੰ ਕੈਂਪ ਕੀਤਾ ਜਾਵੇਗਾ ਅਤੇ 15 ਅਪ੍ਰੈਲ ਤੋਂ ਇਹ ਗਿਣਤੀ ਵਧਾ ਕੇ 1100 ਵੀ ਕਰ ਦਿੱਤੀ ਜਾਵੇਗੀ। ਨਵੇਂ ਇਨਫੈਕਸ਼ਨ ਅਤੇ ਚਿੰਤਾ ਦੇ ਤੇਜ਼ੀ ਨਾਲ ਬਦਲਦੇ ਰੂਪਾਂ ਦੇ ਪ੍ਰਬੰਧ ਵਿੱਚ ਸੰਤਰ ਮਾਹਰ ਸਮੀਖਿਆ ਤੋਂ ਬਾਅਦ ਅਤੇ ਹਰ ਇੱਕ ਹੋਟਲ ਵਿੱਚ ਵੈਂਟੀਲੇਸ਼ਨ ਸਿਸਟਮ ਵਿੱਚ ਇਸ ਨੂੰ ਬਦਲ ਕੇ ਵਾਇਰਸ ਦਾ ਜਵਾਬ ਕਿਵੇਂ ਦਿੱਤਾ ਜਾ ਸਕਦਾ ਹੈ, ਇਸ ਦਾ ਮੁਲਾਂਕਣ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਆਪਣੇ ਐਲਾਨ ਦੇ ਵਿੱਚ ਕਿਹਾ ਕਿ ਇਸ ਵਾਇਰਸ ਦੀਆਂ ਚੁਣੌਤੀਆਂ ਆਉਣ ਵਾਲੇ ਕੁਝ ਸਮੇਂ ਤੱਕ ਸਾਡੇ ਨਾਲ ਰਹਿਣਗੀਆਂ, ਇਸ ਲਈ ਅਸੀਂ ਮਾਹਿਰਾਂ ਦੀ ਸਲਾਹ ਸੁਣੀ ਅਤੇ ਯਕੀਨ ਕਰਨ ਲਈ ਜ਼ਰੂਰੀ ਬਦਲਾਅ ਕੀਤੇ ਹਨ ਕਿ ਅਸੀਂ ਵਿਕਟੋਰੀਆ ਦੇ ਲੋਕਾਂ ਨੂੰ ਸੁਰੱਖਿਅਤ ਰੱਖੀਏ। ਵਿਕਟੋਰੀਅਨ ਸਰਕਾਰ ਹੋਰਨਾਂ ਸੂਬਿਆਂ ਦੀਆਂ ਅਪੀਲਾਂ ਦੇ ਨਾਲ ਸੰਯੋਜਕ ਦੇ ਰੂਪ ਵਿੱਚ ਆਰਥਿਕ ਸਹਿਯੋਗ ਦੇ ਲਈ 1100 ਯਾਤਰੀਆਂ ਦੇ ਇੱਕ ਛੋਟੇ ਹਿੱਸੇ ਲਈ ਫੈਡਰਲ ਸਰਕਾਰ ਦੀ ਵਕਾਲਤ ਕਰ ਰਹੀ ਸੀ। ਹਾਲਾਂਕਿ ਸਥਾਨਕ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਕਿਹੜੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ। ਸੂਬੇ ਨੇ ਮੌਜੂਦਾ ਹੋਟਲ ਕੁਆਰੰਟੀਨ ਵਿੱਚ ਕਈ ਸੁਧਾਰ ਕੀਤੇ ਨੇ। ਇਸ ਵਿੱਚ ਵੈਂਟੀਲੇਸ਼ਨ ਸਿਸਟਮ ਲਈ ਇੱਕ ਨਵਾਂ ਵਿਕਟੋਰੀਅਨ ਮਾਰਕ ਵਿਕਸਿਤ ਕਰਨਾ ਅਤੇ ਹੋਟਲ ਨੂੰ ਅਪਗ੍ਰੇਡ ਕਰਨਾ ਜਿੱਥੇ ਮਾਨਕਾਂ ਦੀ ਪਾਲਣਾ ਕਰਨੀ ਜ਼ਰੂਰੀ ਸੀ। ਮੈਡੀਕਲ ਸਲਾਹ ਦੇ ਆਧਾਰ ਤੇ ਕੁਆਰੰਟੀਨ ਤੋਂ ਬਾਅਦ ਦਿੱਤੇ ਗਏ ਫਾਲੋ ਅਪ ਟੈਸਟਾਂ ਦੇ ਨਾਲ ਹੋਟਲ ਦੇ ਨਿਵਾਸੀਆਂ ਦੇ ਟੈਸਟ ਨੂੰ ਉਹਨਾਂ ਦੇ ਕੁਆਰੰਟੀਨ ਦੀ ਮਿਆਦ ਦੇ ਦੌਰਾਨ 2 ਤੋਂ 4 ਵਾਰ ਵਧਾਇਆ ਜਾਵੇਗਾ। ਪੇਸ਼ੇਵਰ ਡਾਕਟਰ, ਇੰਜੀਨੀਅਰ ਅਤੇ ਹੋਰ ਮਾਹਿਰਾਂ ਦੀ ਇੱਕ ਟੀਮ ਕੁਆਰੰਟੀਨ ਹੋਟਲਾਂ ਦੇ ਵੈਂਟੀਲੇਸ਼ਨ ਅਤੇ ਕਮਰੇ ਦਾ ਆਕਲਨ ਕਰੇਗੀ। ਚੀਨ ਦੇ ਸ਼ਿਨਜਿਆਂਗ ਸੂਬੇ ਦੇ ਵਿੱਚ ਉਈਗਰ ਘੱਟ ਗਿਣਤੀ ਵਿਰੁੱਧ ਕਥਿਤ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਲਈ ਚੀਨੀ ਅਧਿਕਾਰੀਆਂ ਵਿਰੁੱਧ ਬ੍ਰਿਟੇਨ ਦੀ ਸਰਕਾਰ ਦੀਆਂ ਪਾਬੰਦੀਆਂ ਦੇ ਬਦਲੇ ਵਿੱਚ ਬੀਜਿੰਗ ਨੇ ਬ੍ਰਿਟਿਸ਼ ਨੇਤਾਵਾਂ ਅਤੇ ਸੰਗਠਨਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਟਾਰਟੋਨ ਬੈਟ, ਪਾਕਿਸਤਾਨੀ ਮੂਲ ਦੀ ਨੁਸਰਨ ਗਨੀ, ਜਿਮ ਲਾਫਟਨ ਸਮੇਤ ਸੰਸਦ ਮੈਂਬਰ ਅਤੇ ਹਾਊਸ ਆਫ ਲਾਰਡਸ ਦੇ ਮੈਂਬਰ ਬਾਨੋਰੇਸ ਕੈਨੇਡੀ ਅਤੇ ਲਾਰਡ ਆਲਟਨ ਦੇ ਨਾਂ ਚੀਨ ਦੇ ਵਿਦੇਸ਼ ਮੰਤਰਾਲੇ ਦੀਆਂ ਪਾਬੰਦੀਆਂ ਦੀ ਸੂਚੀ ਦੇ ਵਿੱਚ ਹੈ। ਇਹ ਸਾਰੇ ਚੀਨ ਦੇ ਅੰਤਰ ਸੰਸਦੀ ਗਠਜੋੜ ਦੇ ਮੈਂਬਰ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਚੀਨ ਨੇ ਅੱਜ ਜਿਨ੍ਹਾਂ ਸੰਸਦ ਮੈਂਬਰਾਂ ਤੇ ਬ੍ਰਿਟਿਸ਼ ਨਾਗਰਿਕਾਂ ਤੇ ਪਾਬੰਦੀ ਲਾਈ ਹੈ, ਉਹ ਉਈਗਰ ਮੁਸਲਮਾਨਾਂ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਚਾਨਣ ਪਾਉਣ ਦੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸ਼ੋਸ਼ਣ ਦੇ ਵਿਰੋਧ ਵਿੱਚ ਆਵਾਜ਼ ਚੁੱਕਣ ਦੀ ਸੁਤੰਤਰ ਦਾ ਮੌਲਿਕ ਅਧਿਕਾਰ ਹੈ ਅਤੇ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜਾ ਹੈ। ਚੀਨ ਦੀ ਪਾਬੰਦੀ ਲਈ ਸੂਚੀ ਵਿੱਚ 4 ਸੰਗਠਨਾਂ ਦੇ ਨਾਂ ਵੀ ਨੇ, ਇਹਨਾਂ ਵਿੱਚ ਚਾਈਨਾ ਗਰੁੱਪ ਆਫਰ ਐਮਪੀਜ਼ ਐਕਸੈਸ ਕੋਰਟ ਚੈਂਬਰ ਸ਼ਾਮਲ ਹੈ। ਕੁਝ ਦਿਨ ਪਹਿਲਾਂ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਬ੍ਰਿਟੇਨ ਦੀ ਗਲੋਬਲੀ ਮਨੁੱਖੀ ਅਧਿਕਾਰ ਦੀਆਂ ਪਾਬੰਦੀਆਂ ਦੀ ਵਿਵਸਥਾ ਤਹਿਤ ਚੀਨੀ ਅਧਿਕਾਰੀਆਂ ਅਤੇ ਸੰਗਠਨਾਂ ਦੇ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਹ ਪਾਬੰਦੀ ਪ੍ਰਣਾਲੀ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਦੇ ਵਿਰੁੱਧ ਉਲੰਘਣਾ ਲਈ ਹੈ। ਅੰਮ੍ਰਿਤਸਰ ਦੇ ਪਾਤਸ਼ਾਹੀ ਰਣਜੀਤ ਐਵਨਿਊ ਦੇ ਇੱਕ ਨਿੱਜੀ ਹੋਟਲ ਵਿੱਚ ਐਕਸਾਈਜ਼ ਵਿਭਾਗ ਨੇ ਦਰਜ ਕੀਤੀ। ਇਸ ਹੋਟਲ ਦੀ ਚੈਕਿੰਗ ਦੇ ਦੌਰਾਨ ਮੌਕੇ ਤੇ ਪਹੁੰਚੇ ਮੀਡੀਆ ਨੂੰ ਕੀ ਜਾਣਕਾਰੀ ਮਿਲੀ, ਆਓ ਦੇਖਦੇ ਹਾਂ। ਸਟਾਕ ਰੇਟਰ ਉਹਨਾਂ ਨੇ ਕਹਿਤਾ ਵੀ ਸਵੇਰੇ ਪੇਸ਼ ਕਰ ਦਾਂਗੇ 10 ਸਾਲ, ਉਹ ਬਾਕੀ ਜੇ ਉਹ 'ਚ ਕੋਈ ਕਮੀ ਪੇਸ਼ੀ ਲੱਭੂਗੀ ਉਹ ਐਕਸਾਈਜ਼ ਲਾ ਹੀ ਕਾਰ ਵੀ ਕਰ ਦਾਂਗੇ। ਸਰ ਕਿਹੜੀ ਕਿਹੜੀ ਯਾਰ ਵੇਖੋ ਨਾ, ਸਟਾਕ ਰਜਿਸਟਰ ਨਹੀਂ ਪੇਸ਼ ਕਰ ਸਕੇ ਉਹ, ਜੇ ਸਟਾਕ ਰਜਿਸਟਰ ਪੇਸ਼ ਕਰ ਦਿੰਦੇ ਅਸੀਂ ਵੇਖ ਲੈਂਦੇ। ਉਹਨਾਂ ਨੂੰ ਸਵੇਰੇ ਨੋਟਸ ਦਿੱਤਾ, ਬਿਆਨ ਨੋਟ ਕਰ ਲਿਆ, ਫਿਰ ਸਟਾਕ ਰਜਿਸਟਰ ਲਿਆਉਣਗੇ, ਜੋ ਉਹ 'ਚ ਕਮੀ ਪੇਸ਼ੀ ਹੋਊਗੀ ਚਲਾਨ ਕੱਢ ਦਾਂਗੇ, ਨਹੀਂ ਹੋਊ ਤਾਂ ਫਾਈਲ ਕਰ ਦਾਂਗੇ। ਹਾਂਜੀ ਰੇਟ ਕਿੰਨਾ ਹੋਈ ਐਕਸਾਈਜ਼ ਡਿਪਾਰਟਮੈਂਟ ਆ? ਹਾਂਜੀ ਹਾਂਜੀ, ਹੋਰ ਦੱਸੋ ਆਪਣਾ ਨਾਮ ਦੱਸੋ। ਸੁਖਜੀਤ ਸਿੰਘ ਈਟੀਓ। ਠੀਕ ਜੀ, ਆਪਣਾ ਨਾਮ ਦੱਸ ਕੇ ਸਰ? ਮੇਰਾ ਨਾਮ ਜੀ ਸਨੀ ਸਲਵਾਨ। ਠੀਕ ਹੈ ਜੀ, ਆ ਜਾ ਸਰਕਲ ਜਿਹੜਾ ਰਣਜੀਤ ਐਵਨਿਊ ਦਾ ਸਾਡੀ ਫਰਮ ਕੋ ਆ, ਰਿੰਪਲ ਗਰੁੱਪ ਕੋ, ਅਤੇ ਇਹ ਇੱਕ ਤਰ੍ਹਾਂ ਦਾ ਇੱਕ ਰੂਟੀਨ ਚੈੱਕਅਪ ਆ। ਆਪਾਂ ਪਹਿਲਾਂ ਵੀ ਇੱਦਾਂ ਚੈਕਿੰਗ ਹੁੰਦੀ ਰਹਿੰਦੀ ਆ, ਜੇ ਕੋਈ ਇਨਫੋਰਮੇਸ਼ਨ ਹੋਵੇ। ਬਾਕੀ ਐਕਸਾਈਜ਼ ਇੰਸਪੈਕਟਰ ਦੇ ਨਾਲ ਚੈਕਿੰਗ ਹੋ ਰਹੀ ਆ, ਬਾਕੀ ਦਾ ਜੋ ਵੀ ਆ ਕੁਛ ਮਿਲਦਾ ਜਾਂ ਨਹੀਂ ਮਿਲਦਾ ਉਹ ਇੰਸਪੈਕਟਰ ਸਾਹਿਬ ਆ ਰਹੇ ਨੇ, ਉਹ ਤੁਹਾਨੂੰ ਦੱਸਣਗੇ ਆ ਕੇ। ਕਿੰਨੇ ਵਜੇ ਸਰ ਰੇਟ ਪਈ ਸੀ? ਇਹ ਜੀ ਤਕਰੀਬਨ 1 ਘੰਟਾ ਪਹਿਲਾਂ ਜੀ। ਕੋਈ ਜਾਣਕਾਰੀ ਮਿਲੀ ਗਈ ਕਿ ਕੋਈ? ਹਾਂ, ਕੁਝ ਇਨਫੋਰਮੇਸ਼ਨ ਸੀ ਬਸ, ਉਹ ਇੱਕ ਚੈਕਿੰਗ ਹੋ ਰਹੀ ਆ ਨੋਰਮਲ, ਕੁਛ ਮਿਲਿਆ ਨਹੀਂ ਹਲੇ ਤੱਕ। ਠੀਕ, ਪ੍ਰਸ਼ਾਸਨ ਵੀ ਨਾਲ ਆਇਆ ਸਰ? ਹਾਂਜੀ, ਪ੍ਰਸ਼ਾਸਨ ਵਿਦ ਉਹਨਾਂ ਦੇ ਨਾਲ ਹੀ ਆ ਜੀ। ਸੋ ਹੁਣ ਅੱਜ ਦੀਆਂ ਖਬਰਾਂ ਸਮਾਪਤ ਕਰਦੇ ਹਾਂ, ਧੰਨਵਾਦ।